हां जी दोस्तों की हालचाल है सो एक बार फिर तो ਸਾਡੇ YouTube ਚੈਨਲ ਇੰਦਰ ਇੰਟਰਨੈਟ ਕੈਫੇ ਤੇ ਤੁਹਾਡਾ ਸਵਾਗਤ ਹੈ ਸੋ ਅੱਜ ਦੀ ਇਸ ਵੀਡੀਓ ਵਿੱਚ 10 ਵੱਖ-ਵੱਖ ਪੋਸਟਾਂ ਦੀ ਭਾਰਤੀ ਸਬੰਧੀ ਯਾਰੀ ਪਬਲਿਕ ਨੋਟਿਸ ਦੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਸੋ ਇਸ ਪਬਲਿਕ ਨੋਟਿਸ ਅਧੀਨ ਬਲਾਕ ਪ੍ਰੋਗਰਾਮ ਮੈਨੇਜਰ ਬਲਾਕ ਪ੍ਰੋਗਰਾਮ ਮੈਨੇਜਰ ਫਾਰਮ ਲਾਈਵਲੀਹੂਡ ਬਲਾਕ ਪ੍ਰੋਗਰਾਮ ਮੈਨੇਜਰ ਐਸ ਵੀ ਈ ਪੀ ਡਿਸਟ੍ਰਿਕਟ ਐਮ ਆਈ ਐਸ ਮੈਨੇਜਰ ਕਲਾਸਟਰ ਕੋਆਰਡੀਨੇਟਰ ਅਕਾਊਂਟੈਂਟ ਐਟ ਡਿਸਟ੍ਰਿਕਟ ਯੰਗ ਪ੍ਰੋਫੈਸ਼ਨਲ ਆਫਿਸ ਅਸਿਸਟੈਂਟ ਸਟੇਟ ਲੈਵਲ ਅਕਾਊਂਟੈਂਟ ਅਸਿਸਟੈਂਟ ਸਟੇਟ ਲੈਵਲ ਅਤੇ ਐਮ ਆਈ ਐਸ ਅਸਿਸਟੈਂਟ ਸਟੇਟ ਲੈਵਲ ਦੀਆਂ ਇਹ ਪੋਸਟਾਂ ਅਨਾਉਂਸ ਕੀਤੀਆਂ ਗਏ ਹਨ ਭਾਵ ਕਿ ਕੁੱਲ 10 ਪ੍ਰਕਾਰ ਦੀਆਂ ਪੋਸਟਾਂ ਲਈ ਇਹ ਪਬਲਿਕ ਨੋਟਿਸ ਪੰਜਾਬ ਸਰਕਾਰ ਵੱਲੋਂ ਅਨਾਉਂਸ ਕਰ ਦਿੱਤਾ ਗਿਆ ਹੈ ਸੋ ਇਹ ਪੋਸਟਾਂ ਕਿਸ ਡਿਪਾਰਟਮੈਂਟ ਵਿੱਚ ਅਨਾਉਂਸ ਹੋਈਆਂ ਹਨ ਇਹਨਾਂ ਪੋਸਟਾਂ ਲਈ ਅਪਲਾਈ ਕਰਨ ਦੀ ਲਾਸਟ ਡੇਟ ਅਤੇ ਇਹਨਾਂ ਪੋਸਟਾਂ ਦੀ ਬਾਕੀ ਸ਼ਰਤਾਂ ਦੀ ਜਾਣਕਾਰੀ ਲਈ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖੋ ਜਿਹੜੇ ਦੋਸਤ ਮਿੱਤਰ ਸਾਡੇ ਚੈਨਲ ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਹਨ ਪਲੀਜ਼ ਸਾਡੇ YouTube ਚੈਨਲ ਇੰਦਰ ਇੰਟਰਨੈਟ ਕੈਫੇ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਆਲ ਨੋਟੀਫਿਕੇਸ਼ਨ ਲਈ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਜੋ ਫਿਊਚਰ ਵਿੱਚ ਆਉਣ ਵਾਲੀ ਹਰ ਨਵੀਂ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਸੋ ਦੋਸਤੋ ਪੰਜਾਬ ਸਰਕਾਰ ਵੱਲੋਂ ਇਹ ਪਬਲਿਕ ਨੋਟਿਸ ਪੰਜਾਬ ਸਟੇਟ ਲਾਈਵਲੀਹੂਡ ਮਿਸ਼ਨ ਭਾਵ ਕਿ ਪੰਜਾਬ ਸਟੇਟ ਸ਼ਹਿਰੀ ਆਜੀਵਿਕਾ ਮਿਸ਼ਨ ਅਧੀਨ ਅਨਾਉਂਸ ਕੀਤਾ ਗਿਆ ਹੈ ਸੋ ਇਸ ਪਬਲਿਕ ਨੋਟਿਸ ਅਧੀਨ ਜੇਕਰ ਨੰਬਰ ਆਫ ਪੋਸਟਾਂ ਦੀ ਗੱਲ ਕੀਤੀ ਜਾਵੇ ਤਾਂ ਬਲਾਕ ਪ੍ਰੋਗਰਾਮ ਮੈਨੇਜਰ ਦੀਆਂ ਕੁੱਲ 53 ਪੋਸਟਾਂ ਬਲਾਕ ਪ੍ਰੋਗਰਾਮ ਮੈਨੇਜਰ ਫਾਰ ਲਾਈਵਲੀਹੂਡ ਦੀਆਂ 29 ਬਲਾਕ ਪ੍ਰੋਗਰਾਮ ਮੈਨੇਜਰ ਐਸ ਵੀ ਈ ਪੀ ਦੀਆਂ 2 ਪੋਸਟਾਂ ਡਿਸਟ੍ਰਿਕਟ ਐਮ ਆਈ ਐਸ ਮੈਨੇਜਰ ਦੀਆਂ ਕੁੱਲ 14 ਪੋਸਟਾਂ ਕਲਸਟਰ ਕੋਆਰਡੀਨੇਟਰ ਦੀਆਂ 33 ਅਕਾਊਂਟੈਂਟ ਐਟ ਡਿਸਟ੍ਰਿਕਟ ਲੈਵਲ ਦੀਆਂ 10 ਪੋਸਟਾਂ ਯੰਗ ਪ੍ਰੋਫੈਸ਼ਨਲ ਦੀਆਂ 3 ਆਫੀਸ ਅਸਿਸਟੈਂਟ ਸਟੇਟ ਲੈਵਲ ਦੀਆਂ 2 ਪੋਸਟਾਂ ਜਾਤ ਕੇ ਅਕਾਊਂਟ ਅਸਿਸਟੈਂਟ ਅਤੇ ਐਮਆਈ ਅਸਿਸਟੈਂਟ ਸਟੇਟ ਲੈਵਲ ਦੀ ਇੱਕ ਇੱਕ ਪੋਸਟ ਐਸ ਪਬਲਿਕ ਨੋਟਿਸ ਅਧੀਨ ਅਨਾਉਂਸ ਕੀਤੀ ਗਈ ਹੈ ਸੋ ਦੋਸਤੋ ਜੇਕਰ ਸੈਲਰੀ ਪੈਕੇਜ ਦੀ ਗੱਲ ਕੀਤੀ ਜਾਵੇ ਤਾਂ ਬਲੌਕ ਪ੍ਰੋਗਰਾਮ ਮੈਨੇਜਰ ਬਲੌਕ ਪ੍ਰੋਗਰਾਮ ਮੈਨੇਜਰ ਫਾਰਮ ਲਾਈਵਲੀਹੂਡ ਬਲੌਕ ਪ੍ਰੋਗਰਾਮ ਮੈਨੇਜਰ ਐਸ ਵੀ ਈ ਪੀ ਅਕਾਊਂਟ ਅਸਿਸਟੈਂਟ ਐਮਆਈ ਅਸਿਸਟੈਂਟ ਦੀਆਂ ਪੋਸਟਾਂ ਲਈ 25000 ਰੁਪਏ ਜਦ ਕਿ ਡਿਸਟ੍ਰਿਕਟ ਐਮ ਆਈ ਐਸ ਮੈਨੇਜਰ ਅਕਾਊਂਟੈਂਟ ਐਟ ਡਿਸਟ੍ਰਿਕਟ ਐਂਡ ਆਫਿਸ ਅਸਿਸਟੈਂਟ ਦੀਆਂ ਪੋਸਟਾਂ ਲਈ 20000 ਰੁਪਏ ਕਲਸਟਰ ਕੋਆਰਡੀਨੇਟਰ ਦੀਆਂ ਪੋਸਟਾਂ ਲਈ 18000 ਅਤੇ ਜੰਗ ਪ੍ਰੋਫੈਸ਼ਨਲ ਦੀਆਂ ਪੋਸਟਾਂ ਲਈ 40000 ਤੋਂ 50000 ਰੁਪਏ ਸੈਲਰੀ ਪੈਕੇਜ ਰਹੇਗਾ ਸੋ ਇਹਨਾਂ ਪੋਸਟਾਂ ਲਈ ਜੋ ਕੈਂਡੀਡੇਟ 14 ਦਸੰਬਰ 2022 ਤੋਂ ਪਹਿਲਾ ਪਹਿਲਾ govt. thapar.edu ਵੈਬਸਾਈਟ ਤੇ ਜਾ ਕੇ ਆਨਲਾਈਨ ਮੋਡ ਰਾਹੀਂ ਅਪਲਾਈ ਕਰ ਸਕਣਗੇ ਸੋ ਦੋਸਤੋ ਇਹਨਾਂ ਪੋਸਟਾਂ ਲਈ ਕੁਆਲੀਫਿਕੇਸ਼ਨ ਯੋਗਤਾ ਏਜ ਲਿਮਟ ਅਤੇ ਐਪਲੀਕੇਸ਼ਨ ਫਾਰਮ ਦਾ ਲਿੰਕ govt.thapar.edu ਤੋਂ ਪ੍ਰਾਪਤ ਹੋ ਜਾਵੇਗਾ ਸੋ ਕੈਂਡੀਡੇਟ ਇਹਨਾਂ ਪੋਸਟਾਂ ਲਈ ਗਵਰਨਮੈਂਟ ਥਾਪਰ ਯੂਨੀਵਰਸਿਟੀ ਦੀ ਅਫੀਸ਼ੀਅਲ ਵੈਬਸਾਈਟ ਨੂੰ ਵਿਜ਼ਿਟ ਕਰ ਸਕਦੇ ਹਨ ਸੋ ਦੋਸਤੋ ਜਿਹੜੇ ਵੀ ਕੈਂਡੀਡੇਟ ਇਹਨਾਂ ਪੋਸਟਾਂ ਲਈ ਅਪਲਾਈ ਕਰਨਾ ਚਾਹੁੰਦੇ ਹਨ ਉਹ ਕੈਂਡੀਡੇਟ 14 ਦਸੰਬਰ 2022 ਤੋਂ ਪਹਿਲਾਂ ਪਹਿਲਾਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਣਗੇ ਸੋ ਇਹਨਾਂ ਪੋਸਟਾਂ ਸੰਬੰਧੀ ਹੋਰ ਵੀ ਦੇ ਜਾਣਕਾਰੀ ਲਈ ਤੁਸੀਂ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰ ਸਕਦੇ ਹੋ ਤੁਹਾਡੇ ਹਰ ਕੁਐਸਚਨ ਦਾ ਆਨਸਰ ਦਿੱਤਾ ਜਾਵੇਗਾ ਸੋ ਦੋਸਤੋ ਅਗਲੀ ਵੀਡੀਓ ਵਿੱਚ ਇੱਕ ਨਵੇਂ ਜੌਬ ਨੋਟੀਫਿਕੇਸ਼ਨ ਦੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਦ ਤੱਕ ਵੇਟ ਕਰੋ ਧੰਨਵਾਦ